ਅਸਲਾਮ ਵਾਲੇਕਮ ਦੋਸਤੋ ਉਸ ਦਿਨ ਵੀਡੀਓ ਪੂਰੀ ਨਹੀਂ ਸੀ ਪਾ ਸਕੇ ਨੌਜ਼ਲਾਂ ਪਾਈਆਂ ਸੀ ਤੇ ਅਸੀਂ ਮਤਲਬ ਕਿ ਪ੍ਰੈਸ਼ਰ ਵੀ ਨਹੀਂ ਸੀ ਚੈੱਕ ਕਰਾ ਸਕੇ ਟਾਈਮ ਥੋੜ੍ਹਾ ਸੀ ਅੱਗੋਂ ਸਾਨੂੰ ਇੱਕ ਟੈਂਕੀ ਦਾ ਉਹ ਥੋੜ੍ਹਾ ਜਿਹਾ ਮਤਲਬ ਥੱਲੋਂ ਉਹਦੀ ਫਿਟਿੰਗ ਖਰਾਬ ਹੋ ਗਈ ਸੀ ਇੱਕ ਰੈਡੀਏਟਰ ਸਾਫ਼ ਕਰਾਉਣਾ ਪੈ ਗਿਆ ਕਿਉਂਕਿ ਉਹ ਲੀਕ ਸੀਗਾ ਅਤੇ ਅਸੀਂ ਹੁਣ ਤੁਹਾਨੂੰ ਦਿਖਾਉਣਾ ਮੈਂ ਇਹ ਚਮਨਾ ਕਿ ਪਹਿਲੀਆਂ ਨੌਜ਼ਲਾਂ ਜਿਹੜੀਆਂ ਸੀਗੀਆਂ ਇੱਕ ਤਾਂ ਕੱਚਾ ਨਹੀਂ ਛੱਡਣਾ ਸਟਾਰਟ ਕਰਾ ਕੇ ਤੁਹਾਨੂੰ ਚੈੱਕ ਕਰਾ ਦੇਣਾ ਉਹ ਵੀ ਦੂਸਰਾ ਇਹ ਪੰਪ ਮੈਂ ਅਸਲ ਦਿਖਾਉਣਾ ਤੁਹਾਨੂੰ ਦੋਸਤ ਦੇਖ ਸਕਦੇ ਆ ਕਿ ਇਹ ਲਾਈਨ ਆ ਉਹਦਾ ਦੂਸਰੀ ਤਰਫ ਇਹ ਲਾਈਨ ਮਤਲਬ ਕਿ ਇੱਕ ਲਾਈਨ ਆਹ ਆ ਗਈ ਹੈ ਇੱਕ ਇਹ ਆ ਗਈ ਹੈ ਇਹ ਅਸੀਂ ਪੰਪ ਨੂੰ ਰਿਟਾਇਰ ਕਰਨਾ ਅਤੇ ਨਾ ਐਡਵਾਂਸ ਬਹੁਤ ਜ਼ਿਆਦਾ ਬੋਲਦਾ ਟਰੈਕਟਰ ਦੇ ਅਤੇ ਅਸੀਂ ਹੁਣ ਇਹਨੂੰ ਕਰਾਂਗੇ ਥੱਲੇ ਤਾਂ ਕਿ ਇਹ ਥੋੜ੍ਹਾ ਜਿਹਾ ਨਾ ਰਿਟਾਇਰ ਕਰਨਾ ਇੱਥੇ ਬਹੁਤ ਜ਼ਿਆਦਾ ਕੜਕ ਬਣ ਗਈ ਹੈ ਓਰੀਜਨਲ ਜਿਹੜੀ ਲਾਈਨ ਹੈਗੀ 00 ਤਾਂ ਰੱਖਿਆ ਵਾ ਬਿਲਕੁਲ ਇਸ ਤੋਂ ਡਿਗਰੀ ਥੱਲੇ ਕਰਨੀ ਹੈ ਤਾਂ ਕਿ ਇਹ ਕਿਤੇ ਕੜਕ ਘੱਟ ਜਾਵੇ ਤੁਹਾਨੂੰ ਮੈਂ ਆਵਾਜ਼ ਚੈੱਕ ਕਰਾ ਦਿੰਦਾ ਸਟਾਰਟ ਕਰਾ ਕੇ ਇਹ ਪਹਿਲੇ ਨਾਲ ਬਹੁਤ ਜ਼ਿਆਦਾ ਐਡਵਾਂਸ ਬੋਲਣ ਲੱਗ ਪਿਆ ਕੜਕ ਤੁਸੀਂ ਦੇਖ ਲਈ ਉਹਨੇ ਬਹੁਤ ਜ਼ਿਆਦਾ ਮਲੂਮ ਹੁੰਦੀ ਇੱਕ ਤਾਂ ਕਰਾਉਣਾ ਇਹਨੇ ਸਰਵਿਸ ਭਾਈ ਵਾਹਦ ਸਾਹਿਬ ਕਹਿੰਦੇ ਸੀ ਕਿ ਤੁਸੀਂ ਪ੍ਰੈਸ਼ਰ ਚੈੱਕ ਨਹੀਂ ਕਰਾਇਆ ਬਾਕੀ ਥੋੜ੍ਹਾ ਜਿਹਾ ਇਹ ਰਿਟਾਇਰ ਲਾਜ਼ਮੀ 1 ਡਿਗਰੀ ਕਰਾਉਣਾ ਤਾਂ ਕਿ ਮੈਂ ਥੋੜ੍ਹਾ ਜਿਹਾ ਇਹਨੂੰ ਚੈੱਕ ਕੀਤਾ ਖਾਲੀ ਜੀ ਕੜਕ ਬਹੁਤ ਜ਼ਿਆਦਾ ਹੈਗੀ ਹੈ ਤਾਂ ਫਿਰ ਇਹਨੂੰ ਸਰਵਿਸ ਕਰਾ ਕੇ ਫਿਰ ਆ ਕੇ ਇਹਨੂੰ ਹਣਾ ਦੇ ਪਾਕ ਚੈੱਕ ਕਰਨਾ ਜੀ ਬਾਕੀ ਵੀਡੀਓ ਫਿਰ ਦਿਖਾਵਾਂਗੇ ਤੁਹਾਨੂੰ ਜੀ ਦੋਸਤੋ ਸਰਵਿਸ ਹੋ ਗਿਆ ਔਰ ਹੁਣ ਆ ਗਏ ਇੱਥੇ ਆਪਣਾ ਪੰਪ ਵਾਲਿਆਂ ਕੋਲ ਇਹਨੂੰ ਹੁਣ ਕਰਨਾ ਲਟਾਇਰਾ ਤੁਸੀਂ ਦੇਖ ਸਕਦੇ ਅੱਗੇ ਵੀ ਥੱਲੇ ਹੈਗਾ ਅਤੇ ਹੁਣ ਹੋਰ ਥੱਲੇ ਕਰਨਾ ਤਾਂ ਕਿ ਇਹਦੀ ਕੜਕ ਥੋੜ੍ਹੀ ਘਟੇ ਅੱਗੇ ਵੀ ਡਿਗਰੀ ਪੂਰਾ ਲਟਾਇਰ ਰਖਾਇਆ ਲੇਕਿਨ ਨੌਜਲਾਂ ਪਾਉਣ ਨਾਲ ਕੜਕ ਬਹੁਤ ਵੱਧ ਗਈ ਹੈ ਹੁਣ 1/2 ਡਿਗਰੀ ਹੋਰ ਲੱਗਿਆ ਕਰਾਉਣ 1/2 ਕਰੀ ਬਸ 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 ਦੇਖ ਲਓ ਕਿੰਨਾ ਥੱਲੇ ਕਰਨਾ ਹੁਣ ਚੈੱਕ ਕਰਦੇ ਹਾਂ ਸਟਾਰਟ ਕਰਕੇ ਫਸਲ ਦਬਾ ਭਾਈ ਵਾਹਦ ਅਮਰ ਕਹਿੰਦੇ ਸੀਗੇ ਨੌਜ਼ਲਾਂ ਪਾਈਆਂ ਪ੍ਰੈਸ਼ਰ ਹੁਣ ਉਹਦੇ ਵਾਸਤੇ ਸਪੈਸ਼ਲ ਸਾਨੂੰ ਨੌਜ਼ਲ ਖੋਲ੍ਹ ਕੇ ਪ੍ਰੈਸ਼ਰ ਵੀ ਚੈੱਕ ਕਰਾਉਣਾ ਵੀ ਪ੍ਰੈਸ਼ਰ ਇਹਨਾਂ ਦਾ ਕਿੰਨਾ ਪ੍ਰੈਸ਼ਰ ਇਹਨਾਂ ਦਾ ਵੀ ਉਹਨਾਂ 200 ਤਾਂ ਹੁੰਦਾ ਉਹ ਹੀ ਰੱਖਾਂਗੇ ਲੇਕਿਨ ਇਹ ਹੈਗਾ ਵੀ ਆਹ ਤੁਹਾਡੇ ਸਾਹਮਣੇ ਹੀ ਹੈ ਨੌਜ਼ਲਾਂ ਪਾਉਣ ਨਾਲ ਕਿੰਨਾ ਮੇਰੇ ਤਸੱਲੀ ਕਰ ਲਈ ਦੇਖ ਲਿਆ ਚੱਲਦਾ ਰਹੇ ਹਾਂ ਚੱਲਦਾ ਰਹਿੰਦਾ ਜੀ ਚੋਰੀ ਮਹਾਰਾਜ ਸਾਹਿਬ ਆ ਚੈੱਕ ਕਰ ਲਓ ਜੀ ਪ੍ਰੈਸ਼ਰ ਚੈੱਕ ਕਰ ਆ ਬਲੈਕੀ ਨੌਜ਼ਲ ਸਪੈਸ਼ਲ ਤੁਹਾਡੇ ਵਾਸਤੇ ਫਿਰ ਦੁਬਾਰਾ ਖੁਲਾਈ ਆ ਕਿਉਂਕਿ ਉਹਦਾ ਨਾਲ ਟਾਈਮ ਨਹੀਂ ਸੀ ਲੱਗਾ ਇਹਨਾਂ ਨੇ ਫਿੱਟ ਕਰ ਫੁਆਰੇ ਵੀ ਇਹਦੇ ਚਾਰੇ ਤੁਹਾਨੂੰ ਚੈੱਕ ਕਰਾ ਰਹੇ ਨੇ ਆਵਾਜ਼ ਵੀ
लगे फिटकान।